ਪਤਾ ਲੱਗੇ ਨਹੀਂ ਹੋਣੇ, ਪਰ ਇੱਕ ਅੱਧਾ ਬੂਟਾ ਕਿੰਨੂ ਦਾ, ਨਿੰਬੂ ਦਾ ਜਾਂ ਅਮਰੂਦ ਦਾ ਘਰੇ ਲੱਗਾ ਹੁੰਦਾ ਜੀ, ਲੱਗਾ ਹੁੰਦਾ ਜੀ ਕਿ ਨਹੀਂ? ਤੇ ਉੱਥੇ ਇੱਕ ਮੱਖੀ ਡੰਗ ਮਾਰਦੀ ਆ ਜੀ, ਆਪਣੇ ਮੱਖੀ ਡੰਗ ਮਾਰਦੀ ਆ, ਫਲ ਡਿੱਗ ਜਾਂਦਾ, ਕਾਣਾ ਹੋ ਜਾਂਦਾ ਥੱਲੇ, ਤੁਹਾਨੂੰ ਧੱਬੇ ਜੇ ਪੈ ਜਾਂਦੇ ਆ, ਹੁੰਦੀ ਸਮੱਸਿਆ ਜੀ। ਇਹ ਉਹਦਾ ਹੱਲ ਕੀ ਕਰਦੇ ਆ ਜੀ? ਪਹਿਲੀ ਗੱਲ ਸਮਝਣ ਦੀ ਲੋੜ ਆ, ਇਹ ਜਿਹੜੀ ਫਲ ਦੀ ਮੱਖੀ ਆ ਨਾ ਜੀ, ਇਹ ਮਾਦਾ ਹੁੰਦੀ ਆ, ਬੜੀ ਬਰੀਕ ਹੁੰਦੀ ਆ, ਮਾਦਾ ਹੁੰਦੀ ਆ। ਜਦੋਂ ਫਲ ਤੁਹਾਡਾ ਕੱਚੇ ਤੋਂ ਪੱਕੇ ਵੱਲ ਨੂੰ ਜਾਂਦਾ, ਵੱਖ ਵੱਖ ਫਲਾਂ ਦੀ ਗੱਲ ਕਰਦੇ ਆ, ਆੜੂ, ਨਾਸ਼ਪਤੀ, ਇਹਦਾ ਟਾਈਮ ਹੈਗਾ ਤਕਰੀਬਨ ਅਪ੍ਰੈਲ ਮਈ ਦੀ ਗੱਲ ਕਰਦੇ ਹਾਂ ਆਪਾਂ, ਫਿਰ ਅਪ੍ਰੈਲ ਮਈ ਜੂਨ ਤੱਕਰ, ਫਿਰ ਅੰਬ ਆ ਜਾਂਦਾ, ਅੰਬ ਆ ਗਿਆ, ਫਿਰ ਤੁਹਾਡਾ ਜੁਲਾਈ ਦੇ ਵਿੱਚ ਅਮਰੂਦ ਅਤੇ ਅਗਸਤ ਦੇ ਵਿੱਚ ਕਿੰਨੂ। ਬੇਸਿਕ ਇਹ ਆ ਕਿ ਜਦੋਂ ਤੁਹਾਡਾ ਫਲ ਕੱਚੇ ਤੋਂ ਪੱਕੇ ਵੱਲ ਜਾਣਾ, ਉਦੋਂ ਮਾਦਾ ਨੇ ਡੰਗ ਮਾਰ ਕੇ ਵਿੱਚ ਆਪਣੇ ਬੱਚੇ ਦੇ ਦੇਣਾ, ਉਹ ਬੱਚਿਆਂ ਨੇ ਵਿੱਚੋਂ ਗੁੱਦਾ ਤੁਹਾਡਾ ਖਾਣਾ ਅਤੇ ਫਲ ਤੁਹਾਡਾ ਪੋਲਾ ਹੋ ਕੇ ਜ਼ਮੀਨ 'ਚ ਡਿੱਗ ਜਾਣਾ। ਠੀਕ ਹੈ ਜੀ, ਇਹਦੇ ਦੋ ਤਰੀਕੇ ਆ ਕਾਬੂ ਕਰਨ ਦੇ ਇਹਨੂੰ। ਪਹਿਲੀ ਗੱਲ ਸਪਰੇ ਵਾਲੇ ਪਾਸਾ, ਬਾਕੀ ਗੱਲ ਬੋਤਲ ਦੀ ਗੱਲ ਕੀਤੀ ਆ ਭਾਅ ਜੀ ਨੇ, ਜਿਹੜੇ ਟਾਈਮ ਦੱਸਿਆ ਤੁਹਾਨੂੰ, ਜਿੱਦਾਂ ਮੈਂ ਅਮਰੂਦ ਦੀ ਗੱਲ ਕੀਤੀ ਜੁਲਾਈ ਦਾ ਪਹਿਲਾ ਹਫ਼ਤਾ, ਕਿੰਨੂ ਜਾਂ ਨਿੰਬੂ ਦੀ ਗੱਲ ਕੀਤੀ ਆ ਅਗਸਤ ਦਾ ਪਹਿਲਾ ਹਫ਼ਤਾ, ਉਸ ਵੇਲੇ ਬੋਤਲਾਂ ਮਿਲਦੀਆਂ ਸਾਡੇ ਕੋਲ, ਮਿਲ ਜਾਂਦੀਆਂ ਬਾਗਬਾਨੀ ਮਹਿਕਮੇ 'ਚੋਂ ਮਿਲ ਜਾਂਦੀਆਂ। ਠੀਕ ਹੈ ਜੀ, ਉਹ ਟੰਗ ਸਕਦੇ ਆ। ਉਹ 'ਚ ਹੁੰਦਾ ਕੀ ਹੈ, ਨਰ ਦੀ ਜਿਹੜੀ ਮਾਦਾ ਦੀ ਸਮੈਲ ਹੁੰਦੀ ਆ ਉਹਦੇ ਵਿੱਚ, ਭਾਈ ਡੱਬੀ ਦੇ ਵਿੱਚ ਮਾਦਾ ਦੀ ਸਮੈਲ ਦੇ ਨਾਲ ਨਰ ਇਕੱਠੇ ਹੋ ਜਾਂਦੇ ਆ ਬੋਤਲ ਦੇ ਵਿੱਚ, ਉਹ 'ਤੇ ਆ ਇਕੱਠੇ ਹੋ ਕੇ ਉਹ ਫਸ ਜਾਂਦੇ ਆ ਅਤੇ ਮਰ ਜਾਂਦੇ ਆ। ਉਹਨਾਂ ਨੂੰ ਹਫ਼ਤੇ ਹਫ਼ਤੇ ਬਾਅਦ ਬੋਤਲ ਨੂੰ ਸਾਫ਼ ਕਰ ਲਈਦਾ ਆਪਾਂ, ਨਰ ਇਕੱਠੇ ਹੁੰਦੇ ਰਹਿੰਦੇ ਆ, ਨਰ ਇਕੱਠੇ ਹੋਣਗੇ ਮਰੀ ਜਾਣਗੇ ਅਤੇ ਮਾਦਾ ਨਾਲ ਸੰਭੋਗ ਕਰਕੇ ਨਵੇਂ ਬੱਚੇ ਨਹੀਂ ਪੈਦਾ ਹੁੰਦੇ ਅਤੇ ਮਾਦਾ ਡੰਗ ਨਹੀਂ ਮਾਰਦੀ ਨਵੇਂ ਫਲਾਂ। ਮੈਂ ਦੱਸ ਉਹਦੀ ਦੱਸ ਜੀ, 120 ਰੁਪਏ ਦੀ ਕੀਮਤ ਆ ਉਹਦੀ ਜੀ, ਅਤੇ ਇੱਕ ਕਿੱਲੇ ਵਾਸਤੇ ਆਪਾਂ 16 ਬੋਤਲਾਂ ਕਹਿੰਦੇ ਕਿੱਲੇ ਵਾਸਤੇ, ਜੇ ਤੁਹਾਡੇ 2-4 ਅਮਰੂਦ ਦੇ ਬੂਟੇ ਲੱਗਿਆ ਤਾਂ ਇੱਕ ਬੋਤਲ ਬਹੁਤ, ਕਨਾਲ ਦੀਆਂ 2 ਕਰ ਲਓ, ਕਨਾਲ ਦੀ 2, ਕਿੱਲੇ ਵਾਸਤੇ 16। ਇੱਦਾਂ ਹੀ ਸਬਜ਼ੀਆਂ ਵਿੱਚ, ਹੁਣ ਸਬਜ਼ੀਆਂ ਲਾਉਣੀਆਂ ਤੁਸੀਂ ਗਰਮੀ ਸਬਜ਼ੀਆਂ, ਜੇ ਕੰਢੀ ਵਾਲੇ ਪਾਸੇ ਦੀ ਗੱਲ ਕਰ ਲਈਏ, ਉੱਥੇ ਕੱਦੂ, ਖੀਰਾ, ਪੇਠਾ ਇਹ ਲੱਗਦੇ ਆ, ਅਤੇ ਉੱਥੇ ਬਾਕੀ ਵੀ ਘੀਆ ਵਗੈਰਾ ਗੱਲ ਕਰ ਲਈਏ, ਉੱਥੇ ਸੁੰਡੀ, ਉੱਥੇ ਵੀ ਡੰਗ ਮਾਰਦੀ ਸੁੰਡੀ, ਇਹੀ ਸੁੰਡੀ ਹੁੰਦੀ, ਮਤਲਬ ਫਲ ਦੀ ਮੱਖੀ ਹੁੰਦੀ ਆ, ਉਹਦੇ ਵਿੱਚ ਵੀ ਇਹੀ ਬੋਤਲਾਂ, ਉਹ ਬੋਤਲਾਂ ਅਲੱਗ ਆ, ਫਲ ਦੇ ਵਾਸਤੇ ਅਲੱਗ ਆ, ਸਬਜ਼ੀਆਂ ਵਾਸਤੇ ਅਲੱਗ ਬੋਤਲਾਂ ਨੇ, ਦੋਨੋਂ ਮਿਲ ਜਾਂਦੀਆਂ ਹੈਗੀਆਂ। ਜੇ ਬਾਗਬਾਨੀ ਤੋਂ ਨਹੀਂ ਮਿਲਣਗੀਆਂ ਸਾਡੇ ਕੋਲ ਮਿਲ ਜਾਂਦੀਆਂ, ਸਾਡਾ ਮਾਲਪੁਰ ਦਫ਼ਤਰ, ਸਾਡਾ ਗੰਗਿਆ ਦਫ਼ਤਰ ਹੈਗਾ, ਉੱਥੋਂ ਵੀ ਮਿਲ ਜਾਣਗੇ ਤੁਹਾਨੂੰ ਬੋਤਲਾਂ। ਠੀਕ ਹੈ ਜੀ, ਪਰ ਸਭ ਤੋਂ ਜ਼ਰੂਰੀ ਗੱਲ ਆ, ਇਹਨਾਂ ਤੋਂ ਇਲਾਵਾ ਜੇ ਤੁਸੀਂ ਸਫਾਈ ਨਹੀਂ ਕਰੋਗੇ, ਜਿਹੜਾ ਫਲ ਡਿੱਗ ਗਿਆ ਥੱਲੇ ਤੁਹਾਡਾ, ਉਹਨੂੰ ਚੱਕ ਕੇ ਦਬਾਓਗੇ ਨਹੀਂ ਤੁਸੀਂ 2-3 ਫੁੱਟ ਡੂੰਘਾ ਟੋਆ ਪੱਟ ਕੇ, ਤਾਂ ਜਿਹੜਾ ਪਹਿਲਾਂ ਗੱਲ ਕੀਤੀ ਨਾ ਲਾਈਫ ਸਾਈਕਲ ਦੀ, ਫੂਡ ਚੇਨ ਦੀ ਗੱਲ ਕੀਤੀ ਬਿੰਬ ਸਾਹਿਬ ਨੇ, ਉਹ ਜੀਵਨ ਚੱਕਰ ਚੱਲੀ ਜਾਣਾ। ਜਿਹੜਾ ਫਲ ਡਿੱਗ ਗਿਆ ਕਾਣਾ ਹੋ ਕੇ ਥੱਲੇ, ਉਹ 'ਚ ਸੁੰਡੀ ਆ, ਸੁੰਡੀ ਤੋਂ ਬਾਅਦ ਫਿਰ ਪਤੰਗੇ ਬਣਨੇ, ਮਾਦਾ ਬਣਨੀ, ਉਹਨੇ ਫਿਰ ਦੁਬਾਰਾ ਡੰਗ ਮਾਰਨਾ ਤੁਹਾਡੇ, ਜਿਹੜੇ ਤੁਹਾਡੇ ਅਮਰੂਦ ਦੇ ਤਾਜ਼ੇ ਤੁਹਾਡੇ ਬਣੇ ਹੋਏ ਆ। ਇਸ ਕਰਕੇ ਸਫਾਈ ਨਹੀਂ ਕਰੋਗੇ ਤਾਂ ਕੋਈ ਵੀ ਦਵਾਈ ਦਾ ਫਾਇਦਾ ਨਹੀਂ, ਚਾਹੇ ਬੋਤਲਾਂ ਵੀ ਡੰਗ ਲਓ, ਚਾਹੇ ਬੋਤਲਾਂ ਵੀ ਡੰਗ, ਜਦ ਤੱਕ ਤੁਸੀਂ ਸਫਾਈ ਨਹੀਂ ਕਰੋਗੇ, ਚੱਕ ਕੇ ਉਹਨਾਂ ਨੂੰ 2.5-3 ਫੁੱਟ
ਡੂੰਘੇ ਟੋਏ 'ਚ ਦੂਰ ਜਾ ਕੇ ਡੱਬੂਗੇ ਨਹੀਂ, ਤਦ ਤੱਕ ਤੁਹਾਡੀ ਸਫਾਈ ਤੋਂ ਬਗੈਰ ਕੋਈ ਫਾਇਦਾ।